ਹਾਲੇਲੂਇਆ ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਪ੍ਰਭੂ ਨੇ ਮੈਨੂੰ ਇੱਥੇ ਖੜੇ ਹੋਣ ਦਾ ਮੌਕਾ ਬਖਸ਼ਿਆ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਬਹੁਤ ਵੱਡੀਆਂ ਵੱਡੀਆਂ ਗਵਾਹੀਆਂ ਬਣਾਈਆਂ ਮੇਰੀ ਜਈਆ ਦੀ ਡੈਥ ਹੋਈ ਸੀ ਅਤੇ ਮਾਸਟਰ ਜੀ ਕਹਿੰਦੇ ਸੀ ਤੈਨੂੰ 6 ਤਰੀਕ ਤੋਂ ਪਹਿਲਾਂ ਕੰਮ ਨਹੀਂ ਮਿਲਣਾ ਮੈਂ 2 ਮਹੀਨੇ ਵਿਹਲੇ ਹੀ ਰਹੀ ਹਾਂ ਫਰੀ ਅਤੇ ਮਾਸਟਰ ਜੀ ਨੇ ਪ੍ਰੋਫੈਸੀ ਕੀਤੀ ਸੀ ਕਿ ਤੈਨੂੰ 6 ਤਰੀਕ ਤੋਂ ਪਹਿਲਾਂ ਕੋਈ ਕੰਮ ਨਹੀਂ ਮਿਲਣਾ ਜਿੱਦਣ 6 ਤਰੀਕ ਹੋਈ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਮੈਨੂੰ ਫੋਨ ਆਏ ਸੀ ਕੰਮ 'ਤੇ ਆ ਜਾ ਅਤੇ ਬਾਕੀ ਹੋਰ ਮੇਰੇ ਜੀਵਨ 'ਚ ਬਹੁਤ ਵੱਡੀ ਗਵਾਹੀ ਆ ਪਰਮੇਸ਼ਰ ਨੇ ਮੈਨੂੰ ਹਰ ਇੱਕ ਚੀਜ਼ ਤੋਂ ਆਜ਼ਾਦ ਕੀਤਾ ਦੁਸ਼ਟ ਆਤਮਾ ਤੋਂ ਦੁਸ਼ਟ ਸ਼ਕਤੀਆਂ ਤੋਂ ਆਜ਼ਾਦ ਕੀਤਾ ਵਾ ਪਾਸਟਰ ਜੋਨੀ ਨੇ ਮੇਰੇ 'ਤੇ ਪ੍ਰੇ ਕੀਤੀ ਆ ਅਤੇ ਪਾਸਟਰ ਜੀ ਨੇ ਇਹ ਵੀ ਪ੍ਰੋਫੈਸੀ ਕੀਤੀ ਆ ਕਿ ਲਕਸ਼ਮੀ ਤੂੰ ਪਰਮੇਸ਼ਰ ਤੈਨੂੰ ਬਹੁਤ ਅੱਗੇ ਲੈ ਕੇ ਜਾ ਰਿਹਾ ਵਾ ਤੂੰ ਖੁਦਾ ਦੇ ਬਹੁਤ ਵੱਡੇ ਵੱਡੇ ਕੰਮ ਕਰੂੰਗੀ ਮੈਂ ਪਾਸਟਰ ਜੀ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਅਤੇ ਪ੍ਰਭੂ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇੱਕ ਹੋਰ ਮੇਰੀ ਗਵਾਹੀ ਆ ਕਿ ਮੇਰੇ ਬੇਟੇ ਦਾ ਕੇਸ ਸੀਗਾ ਅਤੇ ਮੈਂ ਸਾਰਾ ਨਹੀਂ ਦੱਸ ਸਕਦੀ ਤੁਹਾਨੂੰ ਅਤੇ ਉਹਦੀ ਛੋਟੀ ਜਿਹੀ ਗਵਾਹੀ ਤੁਹਾਨੂੰ ਮੈਂ ਦਿੰਦੀ ਹਾਂ ਦੱਸਦੀ ਹਾਂ ਪਰਮੇਸ਼ਰ ਨੇ ਉਹਦੇ ਜੀਵਨ 'ਚ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਇਹ ਉਹਦੇ 'ਤੇ ਕੇਸ ਪੈ ਗਿਆ ਸੀਗਾ ਕੇਸ ਪੈ ਗਿਆ ਸੀ ਤਾਂ ਕਹਿੰਦੇ ਸੀ ਤੈਨੂੰ ਜੇਲ੍ਹ ਹੋਣੀ ਆ ਬਹੁਤ ਚਿਰ ਦੀ ਅਤੇ ਮੈਂ ਪਾਸਟਰ ਜੀ ਹੁਣਾਂ ਤੋਂ ਵੀ ਪ੍ਰੇ ਕਰਾਈ ਸੀ ਜਦੋਂ ਇੱਥੇ ਪਹਿਲੀ ਵਾਰੀ ਆਈ ਸੀ ਅਤੇ ਪਾਸਟਰ ਜੀ ਹੁਣ ਕਹਿੰਦੇ ਸਿਸਟਰ ਫਿਕਰ ਨਾ ਕਰ ਖੁਦਾ ਤੁਹਾਡੇ ਜੀਵਨ 'ਚ ਸਾਰੇ ਕੰਮ ਪੂਰੇ ਕਰੂਗਾ ਅਤੇ ਉਹ ਮੇਰੇ ਬੱਚੇ ਨੂੰ ਜੱਜ ਵੱਲੋਂ ਬੋਲ ਦਿੱਤਾ ਗਿਆ ਕਿ ਤੂੰ ਕੇਸ ਤੋਂ ਆਜ਼ਾਦ ਹੋ ਜਾਊਗਾ ਅਤੇ ਇੱਕ ਹੋਰ ਗਵਾਹੀ ਆ ਪਰਮੇਸ਼ਰ ਨੇ ਮੈਨੂੰ ਕੀ ਕਹਿੰਦੇ ਹੁੰਦੇ ਆ ਦਾਦੀ ਦਾਦੀ ਬਣ ਗਈ ਹਾਂ ਮੈਂ ਪਰਮੇਸ਼ਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਰਮੇਸ਼ਰ ਨੇ ਮੇਰੇ ਜੀਵਨ 'ਚ ਬਹੁਤ ਵੱਡੀਆਂ ਵੱਡੀਆਂ ਗਵਾਹੀਆਂ ਬਣਾਈਆਂ ਵਾ ਸਾਰਿਆਂ ਨੂੰ ਜੈ ਮਸੀਹ ਦੀ।